ਦੇ ਨਾਲ ਸਾਰੇ ਹੀ ਸਿੱਧੂ ਮੂਸੇ ਵਾਲੇ ਦੇ ਜਿੰਨੇ ਵੀ ਫੈਨ ਨੇ ਚਾਹਣ ਵਾਲੇ ਨੇ ਉਹ ਆਪਣੇ ਦਿਲ ਦੀਆਂ ਧੜਕਣਾਂ ਨੂੰ ਰੋਕ ਕੇ ਬੈਠੇ ਸਨ ਕਿ 30 ਤਰੀਕ ਦੇ ਦਿਨ ਪੰਚਾਇਤੀ ਚੋਣਾਂ ਦਾ ਜਿਹੜਾ ਕਿ ਅੱਜ ਰਿਜ਼ਲਟ ਆ ਗਿਆ ਤੇ ਪੰਚਾਇਤੀ ਚੋਣਾਂ ਦੇ ਵਿੱਚ ਪਿੰਡ ਮੂਸੇ ਵਾਲੇ ਤੋਂ ਸਿੱਧੂ ਮੂਸੇ ਵਾਲੇ ਦੀ ਮਾਤਾ ਚਰਨਜੀਤ ਕੌਰ ਜਿੱਤ ਚੁੱਕੀ ਹੈ। ਸੋ ਭਾਰੀ ਬਹੁਮਤ ਦੇ ਨਾਲ ਬੀਬੀ ਚਰਨਜੀਤ ਕੌਰ ਜਿਹੜੀ ਕਿ ਜਿੱਤ ਗਈ ਹੈ ਤੇ ਪਿੰਡ ਮੂਸੇ ਵਾਲੇ ਦੀ ਸਰਪੰਚ ਬਣ ਗਈ ਹੈ। ਤੇ ਦੋਸਤੋ ਤੁਹਾਨੂੰ ਪਤਾ ਹੀ ਹੈ ਆਪਣੇ ਗੀਤਾਂ ਨਾਲ ਪੂਰੀ ਦੁਨੀਆ ਤੇ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਸਿੱਧੂ ਮੂਸੇ ਵਾਲਾ ਆਪਣੇ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਸੀ ਕਿਉਂਕਿ ਪਿੰਡ ਮੂਸੇ ਵਾਲੇ ਦੀ ਸਰਪੰਚੀ ਬੜੀ ਖਾਸ ਸਰਪੰਚੀ ਸੀ ਤੇ ਇਸ ਸਰਪੰਚੀ ਦੇ ਵਿੱਚ ਉਮੀਦਵਾਰ ਦੇ ਵਜੋਂ ਮਾਤਾ ਚਰਨਜੀਤ ਕੌਰ ਖੜੀ ਸੀ। ਤੇ ਦੋਸਤੋ ਬੇਸ਼ੱਕ ਗਾਇਕੀ ਦੇ ਵਿੱਚ ਆਪਣਾ ਲੋਹਾ ਮਰਵਾ ਚੁੱਕੇ ਸਿੱਧੂ ਮੂਸੇ ਵਾਲਾ ਨੇ ਇੱਕ ਵਾਰ ਸਾਬਿਤ ਕਰ ਦਿੱਤਾ ਕਿ ਉਹ ਉਸ ਨੂੰ ਪਿਆਰ ਕਰਨ ਵਾਲੇ ਪੂਰੀ ਦੁਨੀਆ ਦੇ ਵਿੱਚ ਹਰੇਕ ਕੋਨੇ ਦੇ ਵਿੱਚ ਵਸੇ ਹੋਏ ਨੇ ਤੇ ਉਸ ਦੇ ਪਿੰਡ ਦੇ ਵਿੱਚ ਉਸ ਦੇ ਪਿੰਡ ਦੇ ਲੋਕ ਵੀ ਸਿੱਧੂ ਮੂਸੇ ਵਾਲਾ ਨੂੰ ਬਹੁਤ ਪਿਆਰ ਕਰਦੇ ਨੇ। ਤੇ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਪਿੰਡ ਮੂਸੇ ਵਾਲੇ ਦੀ ਟੋਟਲ 2800 ਵੋਟ ਸੀ। ਸਿੱਧੂ ਮੂਸੇ ਵਾਲੇ ਦੀ ਮਾਤਾ ਜੀ ਕਾਂਗਰਸ ਪਾਰਟੀ ਦੀ ਉਮੀਦਵਾਰ ਸੀ ਤੇ ਕਾਂਗਰਸ ਦੀ ਟਿਕਟ ਦੇ ਉੱਪਰ ਉਹ ਪਿੰਡ ਮੂਸੇ ਤੋਂ ਸਰਪੰਚੀ ਦੀ ਚੋਣ ਲੜ ਰਹੀ ਸੀ। ਸਿੱਧੂ ਮੂਸੇ ਵਾਲੇ ਦੀ ਮਾਤਾ ਜੀ ਨੂੰ ਬਹੁਤ ਵੋਟਾਂ ਪਈਆਂ। ਸੋ ਸਾਡੇ ਵੱਲੋਂ ਕੈਨੇਡੀਅਨ ਗੱਭਰੂ ਦੀ ਸਾਰੀ ਟੀਮ ਵੱਲੋਂ ਸਿੱਧੂ ਮੂਸੇ ਵਾਲਾ ਤੇ ਉਹਨਾਂ ਦੀ ਮਾਤਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਅਗਲੀ ਵੀਡੀਓ ਦੇ ਵਿੱਚ ਫੇਰ ਮੁਲਾਕਾਤ ਹੋਊਗੀ। ਉਦੋਂ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ